हेलो स्टूडेंट्स वेलकम हेयर अगेन ऑन माय चैनल जानकारी हित माइफेद अभिलाषी शर्मा एक बार फिर जानकारी हित दे वीडियो नंबर ट्वेंटी ए पी यस इस वीडियो दे विच के गल करांगे पैटी बुक दे न रिलेटेड न्यूमेरिकल प्रॉब्लम्स वी ऑलरेडी नोज दैट पैटी कैश बुक इज अबसिडी बुक ए थर्ड पार्ट है उस विच 24th ਨੰਬਰ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਬਸਟਰੀ ਬੁక్స్ ਦਾ ਇੰਟਰੋਡਕਟਰੀ ਆਸਪੈਕਟ ਕੀਤਾ ਸੀ ਜਿਸ ਦੇ ਵਿੱਚ ਅਸੀਂ ਪੈਟੀ ਕੈਸ਼ ਬੁੱਕ ਨਾਲ ਰਿਲੇਟਡ ਕੰਪਲੀਟ ਪਰਫਾਰਮਾਂਸ ਜਿਹੜੇ ਉਹਦੇ ਫਾਰਮੈਟ ਨੇ ਉਹਦੇ ਬਾਰੇ ਡਿਸਕਸ਼ਨ ਕੀਤੀ ਹੈ ਜੇ ਕਿਸੇ ਨੂੰ ਉਹਦੇ ਰਿਗਾਰਡਿੰਗ ਕਲੈਰਿਟੀ ਲੈਣੀ ਹੈ ਸਬਸਟਰੀ ਬੁక్స్ ਦਾ ਬੇਸਿਕਸ ਦੇਖਣਾ ਹੈ ਤਾਂ ਵੀਡੀਓ ਨੰਬਰ 24 ਇਜ਼ ਹੇਅਰ ਓਨ ਮਾਈ ਚੈਨਲ ਪੈਟੀ ਕੈਸ਼ ਬੁੱਕ ਤੇ ਵਿੱਚ ਇੱਕ ਬੜਾ ਇੰਪੋਰਟੈਂਟ ਸਿਸਟਮ ਹੁੰਦਾ ਇਮਪ੍ਰੈਸਟ ਸਿਸਟਮ ਆਫ ਪੈਟੀ ਕੈਸ਼ ਬੁੱਕ ਇਸ ਨੂੰ ਕਿਵੇਂ ਅਸੀਂ ਐਕਸਪਲੇਨ ਕਰ ਸਕਦੇ ਹਾਂ ਕਿਵੇਂ ਯੂਜ਼ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਅਸੀਂ ਡਿਸਕਸ ਕਰਾਂਗੇ ਤੇ ਪੈਟਿਕੈਸ਼ ਬੁੱਕ ਦੇ ਦੋਨੋਂ ਫਾਰਮੈਟ ਸਿੰਪਲ ਪੈਟਿਕੈਸ਼ ਬੁੱਕ ਤੇ ਐਨਲਟਿਕਲ ਜਾਂ ਕਲਮਰ ਪੈਟਿਕੈਸ਼ ਬੁੱਕ ਦੇ ਨੰਮਰਿਕਲ ਪ੍ਰੋਬਲਮ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਲੈਟਸ ਮੂਵ ਅਹਡ ਵਿਦ ਮੀ ਟੂ ਮੇਕ ਥਿਸ ਕੰਟੈਂਟ ਸਿੰਪਲ ਐਂਡ ਪ੍ਰੈਕਟੀਕਲ ਯੈਸ ਡੀਅਰ ਸਟੂਡੈਂਟ ਪੈਟਿਕੈਸ਼ ਬੁੱਕ 24 ਨੰਬਰ ਵੀਡੀਓ ਇਜ਼ ਹੇਰ ਓਨ ਮਾਈ ਚੈਨਲ ਤੁਸੀਂ ਡਿਟੇਲਸ ਉੱਥੇ ਦੇਖ ਸਕਦੇ ਹੋ ਜਲਦੀ ਜਲਦੀ ਆਪਾਂ ਦੇਖਦੇ ਹਾਂ ਡੀਲਸ ਵਿਦ ਪੈਟੀ ਕੈਸ਼ ਐਕਸਪੈਂਸਸ ਜਿਹੜੀ ਪੈਟੀ ਕੈਸ਼ ਬੁੱਕ ਪੈਟੀ ਕੈਸ਼ ਐਕਸਪੈਂਸਸ ਨੂੰ ਡੀਲ ਕਰਦੀ ਹੈ ਪੈਟੀ ਮੀਨਸ ਸਮਾਲ ਸਮਾਲ ਐਕਸਪੈਂਸਸ ਕਿਹੜੇ ਹੋ ਸਕਦੇ ਨੇ ਬਿਜ਼ਨਸ ਦੇ ਵਿੱਚ ਜਸਟ ਲਾਈਕ ਸਟੇਸ਼ਨਰੀ ਪੈਨ ਖਰੀਦਣਾ ਕਾਪੀਜ਼ ਖਰੀਦਣੀਆਂ ਕੋਈ ਰਜਿਸਟਰ ਖਰੀਦਣਾ ਰਿਫਰੈਸ਼ਮੈਂਟ ਦੇ ਖਰਚੇ ਚਾਹ ਪਾਣੀ ਦਾ ਖਰਚਾ ਕਿਸੇ ਦੇ ਆਨ ਤੇ ਕਾਰਟੇਜ ਜੀਜ ਨੂੰ ਲੈ ਕੇ ਆਉਂਦਾ ਕੁਲੀ ਹਾਇਰ ਪੈਟੀ ਰਿਪੇਅਰ ਛੋਟੀ ਮੋਟੀ ਮੁਰਮਮਤ कन्वेंस बस चार्जेस रिक्शा चार्जेस ऑटो चार्जेस जस्ट लाइक दीज एक्सपेंसेस आर नॉन एज पेटी एक्सपेंसेस क्योंकि बिजनेस ਦੇ ਵਿੱਚ ਇਹਨਾਂ ਐਕਸਪੈਂਸਿਸ ਦੀ ਅਮਾਉਂਟ ਚਾਹੇ ਥੋੜੀ ਥੋੜੀ ਹੁੰਦੀ ਹੈ ਬਚ ਇਹਨਾਂ ਦੀ ਗਿਣਤੀ ਇਹਨਾਂ ਟ੍ਰਾਂਜੈਕਸ਼ਨਸ ਦੀ ਬਹੁਤ ਜ਼ਿਆਦਾ ਹੁੰਦੀ ਹੈ ਅਨਨੈਸੈਸਰੀ ਬਰਡਨ ਹੋ ਜਾਂਦਾ ਹੈ ਮੇਨ ਕੈਸ਼ੀਅਰ ਦੇ ਉੱਤੇ ਜੋ ਕਿ ਕੈਸ਼ ਬੁੱਕ ਨੂੰ ਮੇਨਟੇਨ ਕਰਦਾ ਹੈ ਸੋ ਟੂ ਹੈਲਪ ਦਾ ਚੀਫ ਕੈਸ਼ੀਅਰ ਔਰ ਹੈਡ ਕੈਸ਼ੀਅਰ another person is appointed as a petty cashier petty cashier petty expenses nu manage kardda hai te ik alag book de vich record kardda hai us book nu ki kande ne petty cash book do tarah di hai simple petty cash book and second one is analytical and call or we can say call petty cash book kyunki us vich columns hunde ne imprest system of petty cash book jis de bare me main gall kiti ji enu samajhna bada zaruri hai imprest means advance given to a person ਕਿਸੇ ਵਿਅਕਤੀ ਨੂੰ ਐਡਵਾਂਸ ਦੇ ਦੇਈਏ ਫਿਰ ਪੈਟੀ ਕੈਸ਼ ਬੁੱਕ ਦੇ ਵਿੱਚ ਐਡਵਾਂਸ ਦਾ ਮਤਲਬ ਕੀ ਹੈ ਯੈਸ ਹੇਅਰ ਪੈਟੀ ਕੈਸ਼ਰ ਇਜ਼ ਗਿਵਨ ਐਡਵਾਂਸ ਇਨ ਦਾ ਬਿਗਨਿੰਗ ਆਫ ਅ ਪੀਰੀਅਡ ਬਾਈ ਹੈਡ অর ਚੀਫ ਕੈਸ਼ੀਅਰ ਹੀ ਇਨਕਰਸ ਦਾ ਐਕਸਪੈਂਸਿਸ ਫਰਮ ਥੈਟ ਅਮਾਉਂਟ ਯੈਸ ਐਟ ਦਾ ਐਂਡ ਆਫ ਥੈਟ ਪੀਰੀਅਡ ਹੀ ਪ੍ਰੋਡਿਊਸ ਰਿਕਾਰਡ ਟੂ ਚੀਫ ਕੈਸ਼ੀਅਰ অর ਹੈਡ ਕੈਸ਼ੀਅਰ ਐਂਡ ਰੀਇੰਬਰਸਡ ਆਲ ਦਾ ਅਮਾਉਂਟ ਥੈਟ ਹੀ ਸਪੈਂਟ ਐਸ ਪੈਟੀ ਕੈਸ਼ੀਅਰ ਮਤਲਬ ਕੀ ਹੈ ਸਿੰਪਲੀਫਾਈ ਕਰਦੇ ਹਾਂ ਇਹਨੂੰ 임프레스 मींस ਕਿਸੇ ਨੂੰ ਐਡਵਾਂਸ ਦੇਣਾ ਪੈਟੀ ਕੈਸ਼ ਬੁੱਕ ਦੇ ਕਿਸਤੇ ਵਿੱਚ ਜਿਹੜਾ ਪੈਟੀ ਕੈਸ਼ਰ ਹੁੰਦਾ ਉਹਨੂੰ ਹੈੱਡ ਕੈਸ਼ਰ ਐਡਵਾਂਸ ਦੇ ਵਿੱਚ ਕੁਝ ਪੈਸੇ ਦੇ ਦਿੰਦਾ ਇੱਕ ਖਾਸ ਪੀਰੀਅਡ ਦੇ ਲਈ ਖਰਚ ਕਰਨ ਦੇ ਲਈ ਹਫਤਾ ਮਹੀਨਾ ਕੋਈ ਵੀ ਪੀਰੀਅਡ ਹੋ ਸਕਦਾ ਤੇ ਉਸ ਪੀਰੀਅਡ ਤੋਂ ਐਂਡ ਦੇ ਵਿੱਚ ਉਹ ਸਾਰਾ ਰਿਕਾਰਡ ਮਤਲਬ ਪੈਟੀ ਕੈਸ਼ ਬੁੱਕ ਹੈੱਡ ਕੈਸ਼ਰ ਨੂੰ ਪੇਸ਼ ਕਰਦਾ ਤੇ ਜਿੰਨੇ ਪਾਸੇ ਖਰਚੇ ਹੁੰਦੇ ਨੇ ਉਹਨੂੰ ਰੀਇੰਬਰਸ ਕਰ ਲੈਂਦਾ ਭਾ ਉਸ ਤੋਂ ਕੈਸ਼ ਪ੍ਰਾਪਤ ਕਰ ਲੈਂਦਾ ਜੋ ਵੀ ਉਸਨੇ ਉਸ ਪੀਰੀਅਡ ਦੇ ਦੌਰਾਨ ਖਰਚਾ ਹੁੰਦਾ ਜੋ ਅਮਾਊਂਟ ਮਿਲਿਆ ਸੀ ਉਸ ਦੇ ਵਿੱਚੋਂ ਇਹਦੇ ਨਾਲ ਕੀ ਹੁੰਦਾ ਉਹਦੇ ਕੋਲ ਦੁਬਾਰਾ ਸੇਮ ਅਮਾਊਂਟ ਫੇਰ ਬਣ ਜਾਂਦਾ ਜਿਹੜਾ ਕਿ ਉਹਨੂੰ ਪੀਰੀਅਡ ਦੇ ਸ਼ੁਰੂਆਤ 'ਚ ਮਿਲਦਾ ਫੋਰ ਐਗਜ਼ਾਮਪਲ ਉਹਨੂੰ 2000 ਰੁਪਏ ਮਿਲਦੇ ਸੀ ਉਹਨੇ 1800 ਰੁਪਏ ਖਰਚ ਕਰਤੇ ਉਹਦੇ ਕੋਲ ਬੈਲੈਂਸ ਕਿੰਨਾ ਬਣਿਆ 200 ਤਾਂ ਜਿਉਂ ਹੀ ਉਹ ਪੀਰੀਅਡ ਖਤਮ ਹੋਏਗਾ ਉਹਨੂੰ ਜੋ ਉਹਨੇ 1800 ਖਰਚ ਕੀਤੇ ਸੀ ਉਹ ਦੁਬਾਰਾ ਮਿਲ ਜਾਣਗੇ ਹੈਡ ਕੈਸ਼ੀਅਰ ਤੋਂ ਤੇ ਨਵੇਂ ਪੀਰੀਅਡ ਦੀ ਸ਼ੁਰੂਆਤ 'ਚ ਉਹਦੇ ਕੋਲ ਦੁਬਾਰਾ 2000 ਰੁਪੀਜ਼ ਹੋ ਜਾਣਗੇ ਥੈਟ ਇਜ਼ ਇਮਪ੍ਰੈਸਡ ਸਿਸਟਮ ਆਫ ਪੈਟੀ ਕੈਸ਼ ਬੁੱਕ ਅੰਡਰ which

ਸਾਰੇ ਕਾਲਮ ਮੇਰੇ ਖਲ ਕਲੀਅਰ ਨੇ ਕੈਸ਼ ਰਸੀਵ ਜੋ ਕਰੇਗਾ ਇਸ ਕਾਲਮ ਚ ਆਏਗਾ ਕੈਸ਼ ਬੁੱਕ ਦਾ ਪੇਜ ਨੰਬਰ ਕਿਉਂਕਿ ਪੈਟੀ ਕੈਸ਼ੀਅਰ ਨੂੰ ਹੈੱਡ ਕੈਸ਼ੀਅਰ ਤੋਂ ਪੈਸੇ ਮਿਲਦੇ ਨੇ ਤਾਂ ਜੋ ਪੈਸੇ ਉੱਥੋਂ ਮਿਲਦੇ ਨੇ ਨੇਚਰਲੀ ਉੱਥੇ ਪੇਜ ਨੰਬਰ ਕੈਸ਼ ਬੁੱਕ ਵਾਲਾ ਆਏਗਾ ਡੇਟ ਪਾਰਟਿਕੂਲਰ ਵਾਊਚਰ ਨੰਬਰ ਟੋਟਲ ਪੇਮੈਂਟ ਜੋ ਕੀਤੀ ਹੈ ਸਪੈਸੀਮਨ ਆਫ ਐਨਾਲੀਟিক্যাল ਪੈਟੀ ਕੈਸ਼ ਬੁੱਕ ਸੈਕੰਡ ਵਨ ਦੇਖੀਏ ਸਾਰੇ ਕਾਲਮ ਸੇਮ ਨੇ ਟੋਟਲ ਪੇਮੈਂਟ ਤੱਕ ਇਸ ਤੋਂ ਬਾਅਦ ਕੀ ਹੁੰਦਾ ਕਿਉਂਕਿ ਖਰਚਿਆਂ ਨੂੰ ਕਲਾਸੀਫਾਈ ਕਰ ਲਿਆ ਜਾਂਦਾ ਤਾਂ ਕਿ ਪਤਾ ਲੱਗ ਸਕਦਾ ਕਿ ਕਿਸ ਟਾਈਪ ਦੇ ਪੈਡੀ ਐਕਸਪੈਂਸਿਸ ਕਿੰਨੇ ਨੇ ਜਸਟ ਲਾਈਕ ਪੋਸਟेज ਐਂਡ ਟੈਲੀਗ੍ਰਾਮ ਜਾਂ ਪੋਸਟੇ ਦਾ ਖਰਚਾ ਉਹ ਸੋ ਦਾ ਅੱਜ ਕੱਲ ਦਾ ਟੈਲੀਗ੍ਰਾਮ ਖਤਮ ਹੀ ਹੋ ਗਿਆ ਸਾਡੇ ਪੋਸਟੇ ਜੀ ਕਹਿ ਸਕਦੇ ਆ ਸਟੇਸ਼ਨਰੀ ਓਕੇ ਟਰੈਵਲਿੰਗ ਐਕਸਪੈਂਸਿਸ ਸੰਡਰੀ ਮਿਸਲੀਨੀਅਸ ਆਫਿਸ ਐਕਸਪੈਂਸਿਸ ਇਹ ਕਾਲਮ ਫਿਕਸ ਨਹੀਂ ਹੈਗੇ ਇਟ ਸ਼ੁਡ ਕੀਪ ਇਨ ਮਾਈਂਡ ਇਹ ਪੰਜ ਸਤ ਨਾਰਮਲੀ ਅਸੀਂ ਜਦੋਂ ਨੰਮੈਰੀਕਲ ਕੁਐਸਚਨ ਇਸ ਲੈਵਲ ਤੇ ਕਰ ਰਹੇ ਹਾਂ ਤਾਂ অলਮੋਸਟ ਪੰਜ ਤੋਂ ਸੱਤ ਕਾਲਮਸ ਹੋ ਸਕਦੇ ਨੇ ਡਿਪੈਂਡਸ ਅਪਨ ਵਾਇਰਿਟੀ ਆਫ ਐਕਸਪੈਂਸਿਸ ਜਿਸ ਟਾਈਪ ਦੇ ਮੰਨ ਲਓ ਵਾਰ-ਵਾਰ ਰਿਪੇਅਰ ਹੁੰਦੀ ਹੈ ਤਾਂ ਅਸੀਂ ਰਿਪੇਅਰ ਦਾ ਕਾਲਮ ਬਣਾ ਸਕਦੇ ਆ ਪੈਟੀ ਰਿਪੇਅਰ ਮੰਨ ਲਓ ਆਟੋ ਦਾ ਖਰਚਾ ਜ਼ਿਆਦਾ ਹੈ ਤਾਂ ਆਟੋ ਚਾਰजेस ਦਾ ਆਟੋ ਫੇਅਰ ਦਾ ਹੋ ਸਕਦਾ ਹੈ ਰਿਕਸ਼ਾ ਚਾਰਜ ਨੇ ਦਾ ਰਿਕਸ਼ਾ ਫੇਅਰ ਦਾ ਕਿਰਾਇਆ ਹੋ ਸਕਦਾ ਹੈ ਮਤਲਬ ਕਾਲਮ ਹੋ ਸਕਦਾ ਹੈ ਨਾ ਕਿਰਾਇਆ ਫ ਕਾਲਮ ਹੋ ਸਕਦਾ ਹੈ ਸੋ ਕਾਲਮ ਡਿਪੈਂਡਸ ਅਪਨ ਦਾ ਨੰਬਰ ਆਫ ਐਂਡ ਵਾਇਰਿਟੀ ਆਫ ट्रांजੈਕਸ਼ਨਸ ओके okay, एदा कोई फिक्स नंबर नहीं ਹੁੰਦੇ ਕਿ 2 ਬਣਾ ਲੈਣੇ ਨੇ 5 ਬਣਾ ਲੈਣੇ ਨੇ ਜਿਹੜਾ ਵੀ ਐਕਸਪੈਂਸਿਸ ਕਿਸੇ ਵੀ ਵਿੱਚ ਨਹੀਂ ਆਂਦਾ ਜੋ ਅਸੀਂ ਕਲਾਸੀਫਾਈਡ ਕੀਤਾ ਉਹ ਸੰਡਰੀ ਯਾ ਮਿਸਲਨੀਸ ਐਕਸਪੈਂਸਿਸ ਆ ਜਾਂਦਾ ਹੈ ਲਾਸਟ ਕਾਲਮ ਰਿਮਾਰਕਸ ਹੈ ਕਿਸੇ ਐਕਸਪੈਂਸਿਸ ਦੇ ਬਾਰੇ ਕਿਸੇ ट्रांजैक्शन ਦੇ ਬਾਰੇ ਕੁਝ ਕਲੈਰੀਫਿਕੇਸ਼ਨ ਦੇਣੀ ਹੈ ਵੀ ਕੈਨ ਕਮੈਂਟ ਹਿਅਰ ਇਨ ਥਿਸ ਬਾਕਸ ਥੀਸ ਆਰ ਦਾ ਪਰਫਾਰਮੈਂਸ ਆਫ ਬੋਥ ਟਾਈਪ ਆਫ ਪੈਡਿਕਾਸ਼ੁਕ लेट्स ਮੂਵ ਓਨ ਵਿਦ ਸੱਚ ਅ ਟਾਪਿਕ ਵਿਚ ਵੀ ਆਰ ਵੈਟਿੰਗ ਫਰਮ ਲੰਗ ਪੈਡਿਕਾਸ਼ੁਕ ਦਾ ਪ੍ਰੈਕਟੀਕਲ ਕਿਵੇਂ ਕਰਨਾ ਹੈ ਸਭ ਤੋਂ ਪਹਿਲਾ ਨੰਮਰਿਕਲ ਪ੍ਰੋਬਲਮ ਆਫ ਸਿੰਪਲ ਪੈਟੀ ਕੈਸ਼ ਬੁੱਕ ਯਸ ਪੈਟੀ ਕੈਸ਼ ਬੁੱਕ ਬਣਾਨੀ ਹੈ ਪਰ ਸਿੰਪਲ ਬਣਾਨੀ ਹੈ ਧਿਆਨ ਰੱਖਿਓ ਇਹ ਕੋਈ ਆਪਣੇ ਐਨਲਟਿਕਲ ਨਹੀਂ ਬਣਾਨੀ ਇੱਕ ਵਾਰੀ ਅਮਾਉਂਟ ਪੜ ਲਓ ਇਥੇ ਕਲੀਅਰਨੈਸ ਸਲਾਈਡ ਤੇ ਫਿਰ ਸਾਨੂੰ ਅਸੀਂ ਕੋਟੋਗਡ ਇਹਨਾਂ ट्रांजੈਕਸ਼ਨਸ ਨੂੰ ਦੇਖ ਦੇਖ ਲਾਂਗੇ ਅੱਗੇ ਜਦੋਂ ਸੋਲਵ ਕਰਾਂਗੇ ਤਾਂ ਆਸਾਨ ਹੋ ਜਾਏਗਾ ਰਿਸੀਵਡ ਕੈਸ਼ ਫ্রম ਹੈਡ ਕੈਸ਼ਰ ਫॉर ਬੈਡੀ ਐਕਸਪੈਂਸਿਸ ਜਿਵੇਂ ਮੈਂ ਦੱਸਿਆ ਸੀ ਇਸ ਕੁਐਸਚਨ ਚ ਵੀ ਪੈਟਿਕੈਸ਼ਰ ਨੂੰ ਹੈਡ ਕੈਸ਼ਰ ਤੋਂ ਐਕਸਪੈਂਸਸ ਮਿਲ ਗਏ ਇੱਕ ਪਾਰਟਿਕੂਲਰ ਪੀਰੀਅਡ ਦੇ ਲਈ ਇੱਥੇ ਪੀਰੀਅਡ ਜਿਹੜਾ ਸਾਫ਼ ਦਿਖ ਰਿਹਾ ਜਨਵਰੀ ਦਾ ਮਹੀਨਾ 2019 ਦਾ 1000 ਰੁਪਏ ਮਿਲ ਗਏ ਉਹਨੂੰ ਪੈਟ ਐਕਸਪੈਂਸਸ ਵਾਸਤੇ ਅਡਵਾਂਸ ਦੇ ਵਿੱਚ ਉਸ ਦੇ ਵਿੱਚ ਉਹਨੇ ਇਹ ਸਾਰੇ ਖਰਚੇ ਕੀਤੇ ਪੂਰੇ ਮਹੀਨੇ ਦੇ ਦੌਰਾਨ ਟੈਲੀਫੋਨ ਐਕਸਪੈਂਸਸ ਪੇ ਕੀਤੇ ਪੋਸਟੇਜ ਐਕਸਪੈਂਸਸ ਪੇ ਕੀਤੇ ਕਾਰਟਸ ਪੇ ਕੀਤਾ ਜਿਹੜਾ ਰੇੜੇ ਵਗੈਰਾ ਦਾ ਚੀਜ਼ਾਂ ਨੂੰ ਲੈ ਕੇ ਆਉਂਦਾ ਕੈਰੀ ਕਰਨ ਦਾ ਖਰਚ ਹੈ ਟਰੈਵਲਿੰਗ ਐਕਸਪੈਂਸਸ ਪੇ ਕੀਤੇ ਆਫਿਸ ਐਕਸਪੈਂਸਸ ਪੋਸਟੇਜ ਐਕਸਪੈਂਸਸ ਟੈਲੀਫੋਨ ियसरी एक्सपेंसिज कार्ड इज अमाउंट इज गोइ एंड कैन भीन फिफ्टी रुपीज हंडीज खर्चे करते आओ हूँ सिंपल पैटी कैशबुक यस स्टूडेंट जी मैं परफॉर्मसम बना लिया कैश रिशबुक फॉल्यो डेट पर देख रहे होलम में उलम ਤੇ ਲੈਜਰ ਕੋਲ ਇਹਦਾ ਕਾਲਮ ਬਹੁਤ ਸਾਰੀਆਂ ਬੁక్స్ ਸ਼ੋ ਕਰ ਰਹੀਆਂ ਨੇ ਕਈ ਨੂੰ ਅਵੋਇਡ ਕਰ ਦਿੰਦੀਆਂ ਨੇ ਬੱਟ ਹੋਣਾ ਚਾਹੀਦਾ ਹੈ ਇਹ ਧਿਆਨ ਰੱਖਿਓ ਕਾਰਨ ਕੀ ਹੈ ਪੈਟੀ ਕੈਸ਼ ਬੁక్స్ ਦੇ ਵਿੱਚੋਂ ਹੀ ਸਾਰੀਆਂ ਸਬਸਟਰੀ ਬੁక్స్ ਦੇ ਵਿੱਚੋਂ ਹੀ ਅੱਗੇ ਲੈਜਰ ਦੇ ਵਿੱਚ ਪੋਸਟਿੰਗ ਹੁੰਦੀ ਹੈ ਜਿੱਥੇ ਉਹਦੀ ਪੋਸਟਿੰਗ ਹੋਏਗੀ ਲੈਜਰ ਦਾ ਉਹ ਪੇਜ ਨੰਬਰ ਇੱਥੇ ਸ਼ੋ ਹੋਏਗਾ ਵਾਊਚਰ ਨੰਬਰ ਟੋਟਲ ਪੇਮੈਂਟ ਓਕੇ ਦੂਸਰਾ ਇਹ ਅੱਜਕੱਲ ਦਾ ਮਾਡਰਨ ਰੂਪ ਹੈ ਪੈਟੀ ਕੈਸ਼ ਬੁੱਕ ਦਾ ਅਦਰੋਈ ਟ੍ਰੈਡੀਸ਼ਨਲ ਰੂਪ ਕੀ ਹੈ ਸਭ ਤੋਂ ਪਹਿਲਾਂ ਅਸੀਂ ਦੇਖਿਆ ਸੀ ਇਹ ਕੁਐਸਚਨ ਮੈਂ ਸਾਈਡ ਤੇ ਲਿਖਿਆ ਬਟ ਇਟ ਲੁਕਸ ਲਾਈਕ ਲिटल ਬਿਟ ਸਮਾਲ ਕੁਐਸਚਨ ਮੈਂ ਤਾਂ ਹੀ ਪਹਿਲਾਂ ਪੜਾਇਆ ਸੀ ਰਿਸੀਵਡ ਕੈਸ਼ ਫ্রম ਹੈਡ ਕੈਸ਼ੀਅਰ ਫੋਰ ਪੈਟਿਕ ਐਕਸਪੈਂਸਸ ਜਦੋਂ ਪੈਟਿਕ ਐਪੈਟਿਕ ਐਸ਼ਰ ਨੂੰ ਹੈਡ ਕੈਸ਼ੀਅਰ ਤੋਂ ਪੈਸੇ ਰਿਸੀਵ ਹੁੰਦੇ ਨੇ ਇਟ ਇਜ਼ ਰਿਟਨ ਐਜ਼ ਟੂ ਬੈਂਕ ਅਕਾਊਂਟ ਕਿਉਂਕਿ ਉਸ ਤੋਂ ਪੈਸੇ ਪ੍ਰਾਪਤ ਹੋ ਗਏ ਐਜ਼ ਅ ਚੈੱਕ ਹੋ ਸਕਦੇ ਨੇ ਟੂ ਕੈਸ਼ ਵੀ ਹੋ ਸਕਦਾ ਜੇਕਰ ਉਸ ਤੋਂ ਕੈਸ਼ ਰੀਸੀਵ ਹੋ ਰਿਹਾ ਤੇ ਕੈਸ਼ ਰੀਸੀਵ ਕਾਲਮ ਦੇ ਵਿੱਚ ਅਸੀਂ ਉਹਨੂੰ ਮੈਂਸ਼ਨ ਕਰਤਾ 1000 ਟਰੈਡੀਸ਼ਨਲ ਜਿਹੜੀ ਟੈਕਨੀਕ ਹੈ ਟੂ ਨਾਲ ਲਿਖਦੇ ਆ ਮਾਡਰਨ ਟੈਕਨੀਕ ਚ ਟੂ ਐਂਡ ਬਾਇ ਖਤਮ ਹੋਏ ਹੋਏ ਨੇ ਕਿਉਂਕਿ ਆਇਡੈਂਟੀਟੀ ਕੈਸ਼ ਰੀਸੀਵ ਤੇ ਕੈਸ਼ ਪੇਮੈਂਟ ਤੋਂ ਹੋ ਜਾਂਦੀ ਹੈ ਬਟ ਅਸੀਂ ਲਿਖਾਂਗੇ ਕਿਉਂਕਿ ਸਾਡੇ ਕਿਤਾਬਾਂ ਦੇ ਵਿੱਚ ਹੈ ਤੇ ਜਿੰਨੇ ਵੀ ਐਕਸਪੈਂਸਿਸ ਹੋਣਗੇ ਉਹਨਾਂ ਤੋਂ ਪਹਿਲਾਂ ਕਨਵੈਨਸ਼ਨਲ ਜਿਹੜੀ ਟੈਕਨੀਕ ਹੈ ਉਸ ਤੋਂ ਪਹਿਲਾਂ ਬਾਇ ਲਿਖਣਾ ਹੈ ਟੂ ਬੈਂਕ ਅਕਾਊਂਟ ਦੈਟ ਇਜ਼ ਅ ਕੈਸ਼ ਰੀਸੀਵਡ ਫਿਰ ਉਹਨੇ ਲਗਾਤਾਰ ਜਨਮ ਮਨਤੇ ਦੌਰਾਨ ਜਨੂਅਰੀ ਦੇ ਮਹੀਨੇ ਚ ਇਹ ਸਾਰੇ ਖਰਚੇ ਕਰਤੇ ਸਾਰੇ ਖਰਚਾ ਨੂੰ ਬਾਈ ਟੈਲੀਫੋਨ ਅਕਾਊਂਟ ਟੈਲੀਫੋਨ ਐਕਸਪੈਂਸਿਸ ਲਿਖ ਸਕਦੇ ਹੈ ਬਾਈ ਪੋਸਟ ਇਸ ਬਾਈ ਕਾਰਟ ਇਸ ਬਾਈ ਟਰੈਵਲਿੰਗ ਬਾਈ ਆਫਿਸ ਐਕਸਪੈਂਸਿਸ ਸਾਰਿਆਂ ਦੇ ਅੱਗੇ ਅਸੀਂ ਇੱਥੇ ਬਾਈ 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 ਸ਼ਬਦ ਲਿਖ ਦੇਣਾ ਹੈ ਇਟਸ ਅ ਕਨਵੈਨਸ਼ਨ ਇੱਕ ਪਰੰਪਰਾ ਹੈ ਖਰਚਿਆਂ ਨੂੰ ਬਾਈ ਨਾਲ ਦਿਖਾਉਣ ਦੀ ਪੈਟਿਕਾ ਸ਼ਬਕ ਦੇ ਵਿੱਚ ਬਾਈ ਪੋਸਟ ਇਜ਼ ਬਾਈ ਟੈਲੀਫੋਨ ਅਕਾਊਂਟ ਮਿਸਲੈਨੀਅਸ ਐਕਸਪੈਂਸਸ ਬਾਈ ਕਾਰਟਜ ਸਾਰੇ ਖਰਚੇ ਅਸੀਂ ਦਿਖਾਤੇ ਜੋ ਸਾਡੇ ਇਸ ਕੁਐਸਚਨ ਦੇ ਵਿੱਚ ਸੀ ਬਾਈ ਦੇ ਨਾਲ ਅਸੀਂ ਇਹਨਾਂ ਸਾਰੇ ਖਰਚਿਆਂ ਦਾ ਟੋਟਲ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਟੋਟਲ ਆਂਦਾ ਤੁਸੀਂ ਕਰਕੇ ਦੇਖੋ 780 ਰੁਪੀਆ ਆ ਗਿਆ 1000 ਉਹਨੂੰ ਮਿਲੇ ਸੀ ਜੀ ਸਟੂਡੈਂਟ 1000 ਮਿਲੇ 680 ਉਹਨੇ ਖਰਚ ਕਰਤੇ ਤਾਂ ਦੇ ਕੋਲ ਜੋ ਬੈਲੈਂਸ ਸੀ ਉਹ 220 ਰੁਪੀ ਹੋ ਗਿਆ ਬੈਲੈਂਸ ਉਹੀ ਬੈਲੈਂਸ ਅਸੀਂ ਇੱਥੇ ਸ਼ੋ ਕਰਨਾ ਹੈ ਬਾਇ ਬੈਲੈਂਸ ਕੈਰੀ ਡਾਉਨ ਇਹ ਅਸੀਂ 31 ਜਨਵਰੀ ਨੂੰ ਸ਼ੋ ਕਰਨਾ ਹੈ 220 ਬੈਲੈਂਸ ਬਚ ਗਿਆ ਦੋਨੋਂ ਸਾਈਡ ਦਾ ਟੋਟਲ ਅਸੀਂ ਬੈਲੈਂਸ ਸ਼ੋ ਕਰਕੇ ਬੈਲੈਂਸਡ ਕਰਕੇ ਦੋਨੋਂ ਪਾਸੇ ਟੋਟਲ 1000 ਹੋ ਗਿਆ ਥੈਟ ਇਜ਼ ਅ ਕਲੋਜ਼ਿੰਗ ਬੈਲੈਂਸ ਆਫ ਥੈਟ ਪਾਰਟੀਕਲ ਐਟ ਦ ਐਂਡ ਆਫ ਥੈਟ ਪਾਰਟੀਕਲਰ ਪੀਰੀਅਡ ਹੁਣ ਕੀ ਕਰੇਗਾ ਪੈਟੀ ਕੈਸ਼ਰ ਹੈਡ ਗੈਸ਼ ਖੁੱਲ ਜਾਏਗਾ ਉਹ ਨੂੰ ਆਪਣੀ ਪੈਟੀ ਕੈਸ਼ ਬੁੱਕ ਦਿਖਾਏਗਾ ਤੇ ਉਹਨੂੰ ਦੱਸੇਗਾ ਕਿ 20780 ਰੁਪਏ ਖਰਚ ਕਰਤੇ ਇਹਨਾਂ ਨਵਾਂ ਮਹੀਨਾ ਸ਼ੁਰੂ ਹੋ ਗਿਆ 1 ਫੈਬਰੂਰੀ ਨੂੰ ਇੱਕ ਤਾਂ ਜਿਹੜਾ ਇਹ ਬੈਲੈਂਸ ਹੈ ਬਾਇ ਬੈਲੈਂਸ ਬਰੋ ਕੈਰੀ ਡਾਊਨ ਇਹ ਬੈਲੈਂਸ ਫਰਸਟ ਫੈਬ ਨੂੰ ਅਸੀਂ ਬਰੋਟ ਡਾਊਨ ਕਰ ਲਾਂਗੇ ਟੂ ਬੈਲੈਂਸ ਬਰੋਟ ਡਾਊਨ ਦੇ ਨਾਲ ਟੂ ਲਿਖਨੇ ਦੇ ਅੱਗੇ 220 ਰੁਪਏ ਕੈਸ਼ ਰਸੀਦ ਵਾਲੇ ਕਾਲਮਸ ਜੋ ਬੈਲੈਂਸ ਸੀ ਇਹੀ ਅਸੀਂ ਅੱਗੇ ਫਾਰਵਰਡ ਕੀਤਾ ਨੈਕਸਟ ਜਿਨ ਨੇ ਪੈਸੇ ਉਹਨੇ ਖਰਚ ਕੀਤੇ ਸੀ ਉਹਨਾਂ ਨੂੰ ਰੀ ਇਮਬਰਸ ਕਰ ਲੇਗਾ ਉਸ ਤੋਂ ਪ੍ਰਾਪਤ ਕਰ ਲੇਗਾ ਸੇਮ ਬਾਇ ਬੈਂਕ ਜਾਂ ਬਾਇ ਕੈਸ਼ ਉਨੇ 780 ਰੁਪਏ ਖਰਚ ਕੀਤੇ ਸੀ 780 ਰੁਪਏ ਰਸੀਵ ਹੋ ਗਏ ਦੁਬਾਰਾ ਸੋਚੋ ਡੀਅਰ ਸਟੂਡੈਂਟ ਇਹਦੇ ਕੋਲ 1000 ਰੁਪਏ ਫੇਰ ਹੋ ਗਿਆ that is imprest system ਤੇ ਸਿੰਗਲ ਕਾਲਮ ਪੈਟਿ ਕੈਸ਼ ਬੁੱਕ ਦੇ ਵਿੱਚ ਜਾਂ ਸਿੰਪਲ ਬੈਟ not ਸਿੰਗਲ ਕਾਲਮ ਸਿੰਪਲ ਪੈਟਿ ਕੈਸ਼ ਬੁੱਕ ਦੇ ਵਿੱਚ ਇਸ ਤੰਗ ਦੇ ਨਾਲ ਅਸੀਂ ਕੰਪਲੀਟ ਨੰਮਰੀਕਲ ਕਰਦੇ ਹਾਂ ਕਲੀਅਰ ਸਾਰੇ ਖਰਚੇ ਤੁਹਾਨੂੰ ਪਤਾ ਹੈ ਅਮਾਉਂਟ ਪਤਾ ਹੈ ਕੁਐਸਚਨ ਪੜੋ ਉਹਦੇ ਵਿੱਚ ਖਰਚੇ ਬਾਈ ਦੇ ਨਾਲ ਲਿਖੋ ਸਾਰਾ ਅਮਾਉਂਟ ਲਿਖੋ ਬੈਲੈਂਸ ਕਰੋ that is the procedure ਨੈਕਸਟ ਵਨ ਹੁਣ ਆਪ ਅਗਰਦੇ ਆ ਡੀਅਰ ਸਟੂਡੈਂਟ ਇੱਕ ਕਲਮਨਰ ਪੈਟੀ ਕੈਸ਼ ਬੁੱਕ ਦਾ ਮੈਨੂਮੈਰੀਕਲ ਕੁਐਸਚਨ ਲੈ ਰਹੇ ਅਸੀਂ ਪੈਟੀ ਕੈਸ਼ ਬੁੱਕ ਬਣਾਨੀ ਹੈ ਕਾਲਮ ਵਾਲੀ ਬਣਾਨੀ ਹੈ ਐਨਲਟੀਕਲ ਵਾਲੀ ਅਸੀਂ ਧਿਆਨ ਨਾਲ ਪਹਿਲਾਂ ਕੁਐਸਚਨ ਪੜਾਂਗੇ ਪੈਟੀ ਕੈਸ਼ ਦਾ ਬੈਲੈਂਸ ਦਿੱਤਾ ਹੋਇਆ ਪਹਿਲਾਂ ਵਾਲਾ ਰੀਇੰਬਰਸਡ ਬਾਈ ਚੀਫ ਕੈਸ਼ੀਅਰ ਥਰੂ ਚੈੱਕ ਉਹਨੇ 150 ਰੁਪਏ ਉਹਦੇ ਕੋਲ ਬੈਲੈਂਸ ਸੀ 1350 ਰੁਪਏ ਉਹਨੇ ਰੀਇੰਬਰਸ ਕਰਲੇ ਹੈੱਡ ਕੈਸ਼ੀਅਰ ਤੋਂ ਜਾਂ ਚੀਫ ਕੈਸ਼ੀਅਰ ਤੋਂ ਕਿਉਂ ਕਰਲੇ ਕਿਉਂਕਿ ਪਿਛਲੇ ਦਿਸੰਬਰ ਕਿਉਂਕਿ ਜਨਵਰੀ ਦੀ ਗੱਲ ਹੈ ਪਿਛਲੇ ਦਿਸੰਬਰ ਚ 2018 ਚ ਉਹਨੇ 1350 ਰੁਪਏ ਖਰਚ ਕੀਤੇ ਹੋਣੇ ਹੈਡ ਕੈਸ਼ਰ ਨੇ ਉਹਨੇ ਪੈਸੇ ਉਹਨੂੰ ਦੇਤੇ ਤਾਂ ਇਹਦਾ ਮਤਲਬ ਉਹਨੂੰ ਸਾਫ ਹੋ ਰਿਹਾ ਇਸ ਕੁਐਸਚਨ ਤੋਂ ਕਿ ਉਹਨੂੰ 1500 ਰੁਪਏ ਮਿਲਦੇ ਹੁੰਦੇ ਸੀ ਕਿਸੇ ਪਾਰਟਿਕੂਲਰ ਪੀਰੀਅਡ ਦੇ ਵਿੱਚ ਖਰਚ ਕਰਨ ਦੇ ਲਈ ਜਿਵੇਂ ਇਹਨਾਂ ਦੋਨਾਂ ਦਾ ਟੋਟਲ ਹੈ ਜਿਹੜਾ 1500 ਰੁਪੀ ਆ ਰਿਹਾ ਕਲੀਅਰਲੀ ਓਕੇ ਉਹਨੂੰ ਉਹਦੇ ਕੋਲ 1500 ਹੋ ਗਏ ਉਹਨੇ ਖਰਚ ਕਰਨੇ ਸ਼ੁਰੂ ਕਰਤੇ ਜਨਵਰੀ 4 ਨੂੰ ਪੋਸਟਲ ਸਟੈਂਪਸ ਅਬਾਊਟ 50 ਰੁਪੀ ਪੇਡ ਟੈਕਸੀ ਫੀਅਰ ਫਾਰ ਸੁ cost of blank paper and carbon paper tip given to office peon extra work peon ne vadiya kam kita ohnu peon nu asi ki kita tip de di local traveling expenses reimbursed to office peon paid cart is for shifting office furniture local kharcha si jehda peon ne reimburse kita reimburse matlab peon ne kharcha kita asi utthe jehda kam karn wala peon si te asi ohnu paise dete kharcha ho gaya bhi business da paid cart is for shifting office furniture ਰੁਪੀਸ ਟਵੰਟੀ ਫਾਈਵ ਸਪੈਂਡ ਟੂ ਸੈਂਡ ਏ ਰਜਿਸਟਰਡ ਲੈਟਰ ਬਾਏ ਪੋਸਟ ਪੋਸਟ ਕੀਤੀ ਸੀ ਰਜਿਸਟਰੇਸ਼ਨ ਉਹਦੀ ਰਜਿਸਟਰੀ ਕਰਵਾਈ ਸੀ ਤਾਂ ਟਵੰਟੀ ਫਾਈਵ ਰੁਪੀਸ ਖਰਚ ਕਰਤੇ ਡਰਾਈਵਰ ਸੀ ਜਿਹੜਾ ਆਫਿਸ ਕਾਰ ਦਾ ਵਾਸ ਗਿਵਨ ਵਨ ਫਿਫਟੀ ਟੂ ਪੇ ਏ ਫਾਈਨ ਫੋਰ ਵਾਇਲੇਸ਼ਨ ਆਫ ਟ੍ਰੈਫਿਕ ਰੂਲ ਲੋ ਜੀ ਕਾਰ ਦਾ ਡਰਾਈਵਰ ਸੀ ਆਫਿਸ ਦਾ ਉਹਨੇ ਵਾਇਲੇਸ਼ਨ ਆਫ ਰੂਲ ਕੀਤੇ ਚਲਾਨ ਕੱਟਿਆ ਸੀ ਇੱਕ ਸੌ ਪੰਜਾਹ ਰੁਪਏ ਬਿਜ਼ਨਸ ਨੂੰ ਇਹ ਵੀ ਖਰਚਾ ਪੈ ਗਿਆ ਪਰਚੇਜ ਮੈਮੋ ਬੁੱਕਸ ਰੁਪੀਸ ਸੈਵਨਟੀ ਫਾਈਵ ਕੈਰਿੰਗ ਕੋਸਟ ਔਨ ਦਾ ਸੇਮ ਇਜ ਅਮਾਊਂਟ ਟੂ ਫਾਈਵ ਕੋਈ ਬੁੱਕ ਪਰਚੇਸ ਕੀਤੀ ਮੈਮੋ ਬੁੱਕ ਤੇ ਉਹਦੇ ਵਿੱਚ 75 ਰੁਪੀ ਦੀ ਬੁੱਕ ਸੀ ਤੇ 5 ਰੁਪਏ ਨੂੰ ਕੈਰੀ ਕਰਨ ਦੀ ਕੋਸਟ ਆ ਗਈ ਪੇਡ ਟੂ ਇਨਵੈਲਪਸ ਐਂਡ ਲੈਟਰ ਹੈਡਸ ਇਹ ਸਾਰੇ ਖਰਚੇ ਨੇ ਪੇਡ ਫॉर ਰਿਫਰੈਸ਼ਮੈਂਟ ਟੀਅ ਸਟੂਡੈਂਟ ਥਿਸ ਟਾਈਪ ਆਫ ਐਕਸਪੈਂਸਸ ਨਾਰਮਲੀ ਹੁੰਦੇ ਨੇ ਕੋਈ ਸਟੇਸ਼ਨਰੀ ਹੋ ਸਕਦਾ ਕੋਈ ਰਿਪੇਅਰ ਦਾ ਹੋ ਸਕਦਾ ਬਹੁਤ ਸਾਰੇ ਖਰਚੇ ਹੁੰਦੇ ਨੇ ਅਸੀਂ ਬਣਾਨੀ ਹੈ ਹੁਣ ਕਾਲਮਰ ਪੈਟਿ ਕੈਸ਼ ਯੈਸ ਥੈਟ ਇਜ਼ ਅ ਪਰਫੋਰਮਾ ਪਹਿਲੇ ਕਾਲਮ ਸਾਰੇ ਸੇਮ ਨੇ ਤੇ ਇੱਥੇ ਤੱਕ ਦਾ ਸਾਰਾ ਪ੍ਰੋਸੀਜਰ ਵੀ ਸੇਮ ਹੈ ਟੋਟਲ ਪੇਮੈਂਟ ਤੇ ਬੈਲੈਂਸ ਤੱਕ ਦਾ ਨਵੀਂ ਚੀਜ਼ ਕੀ ਹੈ ਅਸੀਂ ਕੁਐਸਚਨ ਨੂੰ ਦੇਖਦੇ ਹੋਏ ਨਵੇਂ-ਨਵੇਂ ਕਾਲਮ ਬਣਾਏ ਪੋਸਟੇਜ ਦਾ ਖਰਚਾ ਆਇਆ ਸੀ ਸਟੈਂਪਸ ਦਾ ਖਰਚਾ ਆਇਆ ਸੀ ਕਾਰਟਸ ਦਾ ਆਇਆ ਸੀ ਸਟੇਸ਼ਨਰੀ ਦਾ ਆਇਆ ਸੀ ਟਰੈਵਲਿੰਗ ਦਾ ਆਇਆ ਸੀ ਜਿਹੜਾ ਕਿਸੇ 'ਚ ਵੀ ਨਹੀਂ ਆਇਆ ਉਹ ਅਸੀਂ ਮਿਸਲੇਨੀਅਸ ਜਾਂ ਸੰਡਰੀ ਦਾ ਕਾਲਮ ਬਣਾ ਲਿਆ ਓਕੇ ਹੁਣ ਅਸੀਂ ਇਹਨੂੰ ਸ਼ੋ ਕਿਵੇਂ ਕਰਨਾ ਹੈ ਇੱਕ ਗੱਲ ਧਿਆਨ ਰੱਖਿਓ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਜੋ ਬੈਲੈਂਸ ਸੀ 150 ਰੁਪਏ ਪੈਟੀ ਕੈਸ਼ ਬੈਲੈਂਸ ਸੀ ਦੇਖੋ ਕੁਐਸਚਨ 'ਚ ਮੈਂ ਰਾਈਟ ਹੈਂਡ ਸਾਈਡ ਤੇ ਦਿਖਾਇਆ ਹੋਇਆ ਉਹ ਬੈਲੈਂਸ ਬਰਾਉਟ ਡਾਊਨ ਕਰ ਲਿਆ कैशियर सीट फिर उस ਤੋਂ ਬਾਅਦ 1350 ਰੁਪਏ ਨੇ ਰੀਇਮਬਰਸ ਕੀਤੇ ਸੀ ਹੈਡ ਕੈਸ਼ੀਅਰ ਤੋਂ ਪ੍ਰਾਪਤ ਕੀਤੇ ਸੀ ਟੂ ਬੈਂਕ ਜਾਂ ਟੂ ਕੈਸ਼ 1350 ਰੁਪਏ ਨੂੰ ਮਿਲ ਗਏ ਟੂ ਦੇ ਨਾਲ ਅਸੀਂ ਸ਼ੋ ਕਰ ਲੈ ਬੈਲੈਂਸ ਤੇ ਜੋ ਅਮਾਊਂਟ ਰਿਸੀਵ ਹੋਇਆ ਉਸ ਤੋਂ ਬਾਅਦ ਸਾਰੇ ਐਕਸਪੈਂਸਿਸ ਦਿਖਾਉਣੇ ਨੇ ਵਿਦ ਬਾਏ ਸਾਰੇ ਦੇ ਅੱਗੇ ਬਾਏ ਲਿਖ ਦੇਣਾ ਹੈ ਕਨਵੈਨਸ਼ਨਲ ਮੈਥਡ ਇਹੀ ਹੈ ਜੋ ਸਾਡੀ ਬੁక్స్ ਦੇ ਵਿੱਚ ਹੁੰਦਾ ਹੈ ਜੋ ਜੋ ਖਰਚੇ ਕੀਤੇ ਨੇ ਮੇਰੇ ਖੁਦ ਦੁਆਰਾ ਮੈਨੂੰ ਖਰਚਿਆਂ ਵਾਲੇ ਦੱਸਣ ਦੀ ਜ਼ਰੂਰਤ ਨਹੀਂ ਪਹਿਲਾਂ ਜਿਵੇਂ 4 ਜਨਵਰੀ ਦਾ ਪੋਸਟਲ ਸਟੈਂਪਸ ਅਬਾਊਟ by postal stamps traveling expenses stationery miscellaneous traveling expenses cart is account post is account miscellaneous expenses stationery account ਇਹ ਜਿਹੜੀਆਂ ਮੈਮੋ ਬੁੱਕ ਵਗੈਰਾ ਪਰਚੇਜ਼ ਕੀਤੀਆਂ ਐਨਵੈਲਪ ਖਰੀਦੇ ਸਾਰੀਆਂ ਸਟੇਸ਼ਨਰੀ ਹੁੰਦੀਆਂ ਨੇ ਠੀਕ ਹੈ ਸਟੇਸ਼ਨਰੀ ਅਕਾਊਂਟ ਫੇਰ ਮਿਸਲੇਨੀਅਸ ਐਕਸਪੈਂਸਿਸ ਹੈ ਰਿਫਰੈਸ਼ਮੈਂਟ ਨੂੰ ਮਿਸਲੇਨੀਅਸ ਐਕਸਪੈਂਸ ਲਈ ਤੁਸੀਂ ਜ਼ਰੂਰੀ ਨਹੀਂ ਮਿਸਲੇਨੀਅਸ ਲਿਖਣਾ ਰਿਫਰੈਸ਼ਮੈਂਟ ਵੀ ਲਿਖ ਸਕਦੇ ਹੋ ਤੇ ਰਿਫਰੈਸ਼ਮੈਂਟ ਦਾ ਕਾਲਮ ਵੀ ਬਣਾ ਸਕਦੇ ਹੋ ਓਕੇ ਰਿਫਰੈਸ਼ਮੈਂਟ ਲਿਖਿਆ ਜਾ ਸਕਦਾ ਹੈ ਧਿਆਨ ਰੱਖਿਓ ਜਿਵੇਂ 11 ਜਨਵਰੀ ਦੀ ਐਂਟਰੀ ਹੈ ਪਿਅਨ ਨੂੰ ਟਿਪ ਦਿੱਤੀ ਤੁਸੀਂ ਟਿਪ ਗਿਵਨ ਟੂ ਪਿਅਨ ਕਰ ਸਕਦੇ ਹੋ ਉਹਨੂੰ ਦਿਖਾ ਦਿਓ ਮਿਸਲੈਨੀਅਸ ਐਕਸਪੈਂਸਸ ਜ਼ਰੂਰੀ ਨਹੀਂ ਅਸੀਂ ਮਿਸਲੈਨੀਅਸ ਐਕਸਪੈਂਸਸ ਲਿਖਣਾ ਹੈ ਇਸੇ ਤਰ੍ਹਾਂ 24 ਜਨਵਰੀ ਚ ਹੈ ਡਰਾਈਵਰ ਨੇ ਵਾਇਲੇਸ਼ਨ ਕੀਤੀ ਸੀ ਉਹਦਾ ਚਲਾਨ ਕਟਿਆ ਸੀ ਇੱਥੇ ਅਸੀਂ ਉਸ ਚੀਜ਼ ਕਨਸੈਪਟ ਲਿਖ ਸਕਦੇ ਹਾਂ ਫਾਈਨ ਪੇਡ ਫੋਰ ਵਾਇਲੇਸ਼ਨ ਆਫ ਰੂਲਸ ਜਾਂ ਫਾਈਨ ਪੇਡ ਯਾ ਅਸੀਂ ਉੱਥੇ ਕੀ ਲਿਖਤਾ ਮਿਸਲੀਨੀਅਸ ਐਕਸਪੈਂਸਿਸ ਜਿਹਦਾ ਕਾਲਮ ਅਸੀਂ ਨਹੀਂ ਬਣਾਇਆ ਉਹ ਸਾਰੇ ਮਿਸਲੀਨੀਅਸ ḍear students ਇੱਕ ਗੱਲ ਧਿਆਨ ਰੱਖੋ ਸਾਰੇ ਸਟੂਡੈਂਟਸ ਦੇ ਸੇਮ ਕਾਲਮ ਹੋਣੇ ਕੋਈ ਜ਼ਰੂਰੀ ਨਹੀਂ ਬਟ ਹਰ ਖਰਚਾ ਆਣਾ ਜ਼ਰੂਰ ਚਾਹੀਦਾ ਪਹਿਲਾਂ ਦਾ ਸਾਰੇ ਐਕਸਪੈਂਸਿਸ ਜੋ ਪ੍ਰੋਸੀਜਰ ਸੀ ਬਾਏ ਦੇ ਨਾਲ ਅਸੀਂ ਟੋਟਲ ਪੇਮੈਂਟਸ ਦਿਖਾਤੇ ਫਿਰ ਇਹਦਾ ਬੈਲੈਂਸ ਕੱਢਿਆ ਬਾਏ ਬੈਲੈਂਸ ਕੈਰੀ ਡਾਊਨ ਸਾਰਾ ਜੋ ਖਰਚਾ ਕੀਤਾ ਇਹਦਾ ਟੋਟਲ ਕੀਤਾ 1350 ਉਹਨੇ ਕੀਤਾ 150 ਰੁਪਏ ਉਹਦੇ ਕੋਲ ਬੈਲੈਂਸ ਬਚ ਗਿਆ ਜੋ ਪਿਛਲੇ ਮਹੀਨੇ ਹਾਲਾ ਸੀ ਸੇਮ ਹੋਇਆ ਉਹੀ ਬੈਲੈਂਸ ਅਸੀਂ ਬ੍ਰਾਉਟ ਡਾਉਨ ਕਰ ਲਿਆ ਫਰਸਟ ਫੈਬ ਨੂੰ 2 ਬੈਲੈਂਸ ਬ੍ਰਾਉਟ ਡਾਉਨ 150 ਤੇ ਜਿੰਨੇ ਪੈਸੇ ਉਹਨੇ ਖਰਚਤੇ ਸੀ ਉਹਨੇ ਰੀ ਇੰਬਰਸ ਕਰ ਲਏ ਹੈਡ ਕੈਸ਼ਰ ਤੋਂ ਦੁਬਾਰਾ ਪ੍ਰਾਪਤ ਕਰ ਲਏ 2 ਬੈਂਕ ਜਾਂ 2 ਕੈਸ਼ 150 ਇੱਥੇ ਤੱਕ ਤੁਸੀਂ ਧਿਆਨ ਨਾਲ ਦੇਖੋ ਸਟੂਡੈਂਟਸ ਇਹ ਸਿੰਪਲ ਪੈਟੀ ਕੈਸ਼ ਬੁੱਕ ਹੈ ਐਨਲਟਿਕਲਸ ਕੀ ਹੈ ਅਸੀਂ ਹਰ ਖਰਚੇ ਦਾ ਵਿਸ਼ਲੇਸ਼ਣ ਕਰਨਾ ਹੈ ਜਿਵੇਂ ਪਹਿਲਾਂ ਸੀ ਧਿਆਨ ਨਾਲ ਸੋਚੋ ਮੇਰੀ ਗੱਲ ਪੋਸਟਲ ਸਟੈਂਪਸ ਪੇਡ ਡਾਕ ਕਰਦੀ ਟਿਕਟਾਂ ਦਾ ਸੀ ਬਾਈ ਪੋਸਟਸ ਅਕਾਊਂਟ ਦਿਖਾਤਾ ਸੀ ਠੀਕ ਹੈ ਪੋਸਟੇਜ ਐਂਡ ਸੈਂਸ ਵੀ 50 ਰੁਪੀ ਦਿਖਾਤੇ ਇਹਦਾ ਵਿਸ਼ਲੇਸ਼ਣ ਅਸੀਂ ਐਵੇਂ ਕੀਤਾ ट्रैवलिंग ਐਕਸਪੈਂਸਸ ਸੀ ट्रैवलिंग ਚ ਦਿਖਾਤੇ ਮਿਸਲੀਨੀਅਸ ਐਕਸਪੈਂਸਸ 11 ਜਨਵਰੀ ਵਾਲੇ ਜਿਹੜਾ ਪੀਅਨ ਨੂੰ ਟਿਪ ਦਿੱਤੀ ਸੀ ਉਹ ਅਸੀਂ ਮਿਸਲੀਨੀਅਸ ਦਿਖਾਤੇ ਜਿਹੜਾ ਕਿਸੇ ਚ ਨਹੀਂ ਆਂਦਾ ਉਹ ਮਿਸਲੀਨੀਅਸ ट्रैवलिंग ਐਕਸਪੈਂਸਸ ਫੇਰ ਆਏ ਫੇਰ ਮਿਸਲੀਨੀਅਸ ਫੇਰ ਕਾਰਟੇਜ ਦਾ ਅਸੀਂ 350 ਇਹ ਕਾਰਟੇਜ ਚ ਪੋਸਟੇਜ ਦਾ ਅਸੀਂ ਫੇਰ ਪੋਸਟੇਜ ਚ ਫੇਰ ਸਟੇਸ਼ਨਰੀ ਦਾ ਅਸੀਂ ਸਟੇਸ਼ਨਰੀ ਵਾਲਾ ਕਾਲਮ ਬਣਿਆ ਹੋਇਆ ਫੇਰ ਸਟੇਸ਼ਨਰੀ ਹੈ ਫੇਰ ਸਟੇਸ਼ਨਰੀ ਦਾ ਬਣਿਆ ਹੋਇਆ ਜੇਕਰ ਕੋਈ ਹਿਸਾਬ ਕਰਤਾ ਦੀਆਂ ਬੁਕਸ ਖਰੀਦੇ ਜਾਂਦੇ ਨੇ ਨਾ ਸਟੇਸ਼ਨਰੀ ਆ ਜਾਂਦੀਆਂ ਨੇ ਅਸੀਂ ਇਹਨਾਂ ਸਾਰੇ ਕਾਲਮ ਦਾ ਵੀ ਟੋਟਲ ਕੀਤਾ ਵਨ ਥਿੰਗ ਸ਼ੁੱਡ ਬੀ ਕਲੀਅਰ ਇਹਨਾਂ ਸਾਰਿਆਂ ਦਾ ਟੋਟਲ ਨੇਚਰਲੀ ਕਿੰਨਾ ਆਏਗਾ ਇਸ ਟੋਟਲ ਦੇ ਬਰਾਬਰ ਓਕੇ ਧਿਆਨ ਰੱਖਿਓ ਇਸ ਗੱਲ ਨੂੰ ਇਸ ਟੋਟਲ ਦੇ ਬਰਾਬਰ ਆਏਗਾ ਜੋ ਟੋਟਲ ਇੱਥੇ ਤੱਕ ਸਾਰੇ ਖਰਚਿਆਂ ਦਾ ਬਣ ਰਿਹਾ ਸੀ ਇੱਥੇ ਤੱਕ ਇਹ ਖਰਚਿਆਂ ਤੱਕ ਇੰਨੇ ਹੀ ਖਰਚੇ ਨੇ ਫੋਰ ਐਗਜ਼ਾਮਪਲ ਇਥੇ ਤੱਕ ਦਾ ਟੋਟਲ ਖਰਚਿਆਂ ਦਾ 1350 ਬਣਿਆ ਸੀ 1350 ਤਾਂ ਇਹ ਵਾਲੇ ਐਕਸਪੈਂਸਸ ਦਾ ਟੋਟਲ ਜਿਹੜਾ ਕਾਲਮਰ ਬਣਾਏ ਨੇ ਅਸੀਂ ਅਲੱਗ-ਅਲੱਗ ਕਾਲਮ ਚ ਇਹ ਵੀ 1350 ਬਣੇਗਾ ਤਾਂ ਨੇਚੁਰਲ ਹੈ ਕਿਉਂਕਿ ਹਰ ਖਰਚਾ ਸੀ ਜੇ ਟੋਟਲ ਪੇਮੈਂਟਸ ਦਿਖਾਇਆ ਹੈ ਤਾਂ ਐਨਲਿਸਿਸ ਵੀ ਦਿਖਾਇਆ ਹੈ ਥੈਟ ਇਜ਼ ਕਾਲਮਰ অর ਐਨਲਟਿਕਲ ਪੈਟੀ ਕੈਸ਼ ਬੁੱਕ ਕਲੀਅਰ ਸਟੂਡੈਂਟ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਫਟਾਫਟ ਹੁਣ ਜਲਦੀ ਪ੍ਰਪੇਅਰ ਪੈਟੀ ਕੈਸ਼ ਬੁੱਕ ਫਰਮ ਦਾ ਫੋਲੋਇੰਗ ट्रांजੈਕਸ਼ਨ ਇਮਪ੍ਰੈਸਟ ਅਮਾਉਂਟ ਕਿੰਨਾ 2000 ਰਿਵੀਜ਼ਨ ਹੋ ਜਾਏਗੀ ਸਾਡੀ ਇਹ ਸਾਰੇ ਖਰਚੇ ਕਰਦੇ ਜੀ ਖਰਚੇ ਤੁਸੀਂ ਦੇਖ ਲਿਓ ਕਾਰਟੇਜ এসਟੇਡੀ ਚਾਰजेस ਬੱਸ ਫੀਅਰ ਪੋਸਟेज ਰਿਫਰੈਸ਼ਮੈਂਟ ਫਾਰ EMPLOYES ਕਰੀਅਰ ਚਾਰजेस ਕਸਟਮਰ ਦੀ ਰਿਫਰੈਸ਼ਮੈਂਟ ਕਾਰਟੇਜ ਟੈਕਸੀ ਫੀਅਰ ਸਟੇਸ਼ਨਰੀ ਬੱਸ ਫੀਅਰ ਫਿਕਸ ਚਾਰजेस ਟੈਲੀਗ੍ਰਾਮ ਚਾਰजेस ਪੋਸਟेज ਸਟੈਂਪਸ ਰਿਪੇਅਰ ਆਫ ਫਰਨੀਚਰ ਲਾਂਡਰੀ ਚਾਰजेस ਮਤਲਬ ਕਪੜੇ ਵਗੈਰਾ ਤੋਂ ਆnde ਖਰਚੇ ਮਿਸਲਨੀਅਸ ਸਪੈਂਸਸ ਇਹ ਸਾਰੇ ਖਰਚੇ ਕਰਦੇ ਰਕਮ ਤੁਸੀਂ ਪੜ੍ਹ ਸਕਦੇ ਹੋ ਕੁਐਸਚਨ ਚ ਕੋਈ ਵੀ ਹੋ ਸਕਦੀ ਹੈ ਇਮਪ੍ਰੈਸਡ ਅਮਾਉਂਟ ਸਾਨੂੰ ਪਤਾ ਹੋਣਾ ਚਾਹੀਦਾ ਕਿੰਨਾ 2000 ਉਹਨੂੰ 2000 ਮਿਲਦੇ ਸੀ ਕਿ ਪੈਟਿਕਾਸ਼ ਕੋਈ ਟੂ ਕੈਸ਼ ਪਹਿਲਾਂ ਦਾ 2000 ਬ੍ਰਾਡਡਾਊਨ ਕਰ ਲੇ ਅਮਾਉਂਟ ਰਸੀਟ ਉਸ ਤੋਂ ਬਾਅਦ ਸਾਰੇ ਦੇ ਸਾਰੇ ਖਰਚੇ ਦਿਖਾਏ ਬਾਈ 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 ਕਰਦੇ ਸਾਰੇ ਖਰਚਿਆਂ ਦੀ ਅਮਾਉਂਟ ਪੇਮੈਂਟ ਦੇ ਵਿੱਚ ਰਕਮ ਦਿਖਾਤੀ ਉਸ ਤੋਂ ਬਾਅਦ ਖਰਚਿਆਂ ਦੇ ਅਕੋਰਡਿੰਗਲੀ ਇੱਥੇ ਕਾਲਮ ਜਿਵੇਂ ਬਣਾ ਰੱਖਿਆ ਪੋਸਟ ਇਜ਼ ਦਾ ਜੋ ਵੀ ਡਾਕ ਘਰ ਨਾਲ ਸੰਬੰਧਿਤ ਖਰਚਾ ਹੋਏਗਾ ਪੋਸਟਸ ਵਗੈਰਾ ਟੈਲੀਫੋਨ ਐਂਡ ਟੈਲੀਗ੍ਰਾਮ ਕਨਵੀਐਂਸ ਮਤਲਬ ਕੋਈ ਯਾਤਰਾ ਦੇ ਟੈਕਸੀ ਫੀਅਰ ਵਗੈਰਾ ਸਾਰੇ ਇਸ ਚਾਜਣਗੇ ਬੱਸ ਫੀਅਰ ਕਨਵੀਐਂਸ ਦੇ ਮੋਟਰਸਾਈਕਲ ਦੇ ਉੱਤੇ ਕੋਈ ਪੈਟਰੋਲ ਦਾ ਖਰਚਾ ਹੋ ਸਕਦਾ ਹੈ ਸਟੇਸ਼ਨਰੀ ਕਾਪੀਆਂ ਪੈਨ ਪੈਂਸਲਾਂ ਖਰੀਦੀਆਂ ਨੇ ਜਿਹੜਾ ਕਿਸੇ 'ਚ ਵੀ ਨਹੀਂ ਆਂਦਾ ਮਿਸਲੀਨੀਅਸ ਜ਼ਰੂਰੀ ਨਹੀਂ ਸਟੂਡੈਂਟ ਤੁਸੀਂ ਇੰਨੇ ਬਣਾਉਣੇ ਨੇ ਤੁਸੀਂ ਇਸ ਤੋਂ ਜ਼ਿਆਦਾ ਵੀ ਬਣਾ ਸਕਦੇ ਹੋ ਤੁਸੀਂ ਲਾਂਡਰੀ ਐਕਸਪੈਂਸਿਜ਼ ਬਣਾ ਦਿਓ ਜ਼ਰੂਰੀ ਥੋੜੀ ਹੈ ਮਿਸਲੀਨੀਅਸ ਚ ਪਾਣੇ ਉਹਨੂੰ ਕਿਤੇ ਵੀ ਪਾ ਸਕਦੇ ਹੋ ਜਿਵੇਂ ਪਹਿਲਾਂ ਕਾਰਟੇਜ ਸੀ ਟੋਟਲ ਪੇਮੈਂਟ 50 ਉਹਨੂੰ ਅਸੀਂ ਮਿਸਲੀਨੀਅਸ ਦਿਖਾਤਾ ਕਿਉਂਕਿ ਕਾਰਟੇਜ ਦਾ ਕਾਲਮ ਹੈ ਨਹੀਂ ਐਸਟੀ ਟੈਲੀਫੋਨ ਦਾ ਖਰਚੇ ਨਾਲ ਸੰਬੰਧਿਤ ਨੇ 40 ਬੱਸ ਫੀਅਰ ਕਨਵੀਨਸ ਚ ਆ ਗਿਆ ਪੋਸਟੇਜ ਪੋਸਟੇਜ ਆ ਗਿਆ ਰਿਫਰੈਸ਼ਮੈਂਟ ਮਿਸਲੇਨੀਅਸ ਕਰੀਅਰ ਐਕਸਪੈਂਸਸ ਪੋਸਟ ਰਿਫਰੈਸ਼ਮੈਂਟ ਮਿਸਲੇਨੀਅਸ ਤੁਸੀਂ ਰਿਫਰੈਸ਼ਮੈਂਟ ਦਾ ਬਣਾ ਸਕਦੇ ਸੀ ਕਿਉਂਕਿ ਰਿਫਰੈਸ਼ਮੈਂਟ ਦੋ ਤਿੰਨ ਵਾਰੀ ਆਈ ਹੈ ਕਾਰਟਿਜ ਕਾਰਟਿਜ ਦੇ ਵਿੱਚ ਅਸੀਂ ਕਾਰਟਿਜ ਦਾ ਕਾਲਮ ਨਹੀਂ ਬਣਾਇਆ ਤਾਂ ਮਿਸਲੇਨੀਅਸ ਚ ਟੈਕਸੀ ਫੀਅਰ ਕਨਵੀਨਸ ਚ ਆ ਗਿਆ ਸਟੇਸ਼ਨਰੀ ਸਟੇਸ਼ਨਰੀ ਚ ਆ ਗਈ ਉਸ ਤੋਂ ਬਾਅਦ ਈਅਰ ਸਟੂਡੈਂਟ ਹੈ ਫੈਕਸ ਚਾਰजेस ਜਿਵੇਂ ਬੱਸ ਫੀਅਰ ਸੀ 10 ਰੁਪੀ ਬੱਸ ਫੀਅਰ ਆ ਗਿਆ convinced fax charges 30 telephone post is repair repair ਜਿਹੜਾ ਹੈ 105 ਉਹ ਜਾ ਕੇ ਮਿਸਲੀਨਸ ਦਿਖਾਤਾ ਨਹੀਂ ਰਿਪੇਅਰ ਦਾ ਕਾਲਮ ਹੋਣਾ ਚਾਹੀਦਾ ਸੀ ਸੋ ਪੰਜਵਤ ਕਾਲਮ ਬਣਾ ਲੈਨੇ ਨੇ ਇਹ ਕੋਈ ਫਿਕਸ ਨਿਯਮ ਨਹੀਂ ਹੁੰਦਾ ਉਸ ਤੋਂ ਬਾਅਦ ਸਾਰੇ ਖਰਚਿਆਂ ਦਾ ਟੋਟਲ ਕੀਤਾ ਉਹ ਆ ਗਿਆ 1065 ਤੇ ਇਹ ਸਾਰੇ ਕਾਲਮ ਦਾ ਟੋਟਲ ਵੀ ਨੇਚਰਲ ਹੈ ਕਿੰਨਾ ਆਏਗਾ 1065 ਕਿਉਂਕਿ ਜਿੰਨਾ ਅਮਾਉਂਟ ਅਸੀਂ ਟੋਟਲ ਪੇਮੈਂਟ ਦਿਖਾਇਆ ਉਹ ਕਿਸੇ ਨਾ ਕਿਸੇ ਕਾਲਮ ਜਾਇਆ ਫਿਰ ਇਹਦਾ ਬੈਲੈਂਸ ਕੀਤਾ ਬਾਇ ਬੈਲੈਂਸ ਕੈਰੀ ਡਾਊਨ ਦੋਨੋਂ ਸਾਈਡ ਕਿਉਂਕਿ 2000 ਕੈਸ਼ ਰੀਸੀਵਡ ਹੈ ਤਾਂ ਇਹ ਬੈਲੈਂਸ ਆਇਆ 935 ਦੋਨੋਂ ਸਾਈਡ ਦਾ ਟੋਟਲ 2000 ਮਿਲਾਇਆ ਅਕਾਊਂਟ ক্লোਜ਼ ਪੈਟੀ ਕੈਸ਼ ਬੁੱਕ ਵਾਲਾ ਹੈ ਨਵੇਂ ਮਹੀਨੇ ਦੀ ਪੈਟੀ ਕੈਸ਼ ਬੁੱਕ ਸ਼ੁਰੂ ਹੋ ਗਈ ਫਰਸਟ ਫੈਬ ਨੂੰ ਇਹੀ ਬੈਲੈਂਸ ਬਰੌਟਡਾਊਨ ਕੀਤਾ ਟੂ ਬੈਲੈਂਸ ਬਰੌਟਡਾਊਨ 935 ਤੇ ਜਿੰਨਾ ਕੈਸ਼ ਉਹਨੇ ਖਰਚ ਕੀਤਾ ਸੀ ਪਿਛਲੇ ਮਹੀਨੇ ਦੇ ਦੌਰਾਨ ਜਨਵਰੀ ਦੇ ਦੌਰਾਨ ਉਹਨੇ ਹੀ ਕੈਸ਼ ਹੈਡ ਕੈਸ਼ੀਅਰ ਤੋਂ ਦੁਬਾਰਾ ਪ੍ਰਾਪਤ ਕਰ ਲੇਗਾ ਰੀਇੰਬਰਸ ਕਰ ਲੇਗਾ ਇਹਨੂੰ ਰੀਇੰਬਰਸ ਕਰਨਾ ਕਹਿੰਦੇ ਨੇ ਕੈਸ਼ ਦਾ टू कैश अकाउंट कैश ਜਾਂ ਬੈਂਕ ਜੀ ਵਿੱਚ ਮੈਂ ਕਈ ਵਾਰੀ ਦੱਸਿਆ ਇਥੇ ਕੈਸ਼ ਲਿਖਿਆ 1065 ਨੂੰ ਮਿਲ ਗਏ 935 ਪਹਿਲਾਂ ਦੇ ਸੀ ਦੁਬਾਰਾ ਕਿੰਨਾ ਬਣ ਗਿਆ ਉਹਦੇ ਕੋਲ 2000 ਤੇ ਫੈਬ ਦੇ ਮਹੀਨੇ ਚ ਫਿਰ ਉਹ ਇਸ ਤਰ੍ਹਾਂ ਹੀ ਖਰਚੇ ਕਰੇਗਾ ਥੈਟ ਇਜ਼ ਅਪਰ ਇਕਵਲੈਂਸ ਅਨਲਿਸਿਸ ਆਫ ਪੇਮੈਂਟਸ ਯਸ ਇਹ ਵਿਸ਼ਲੇਸ਼ਨ ਹੁੰਦਾ ਹਰ ਖਰਚੇ ਦਾ ਕਿਹੜਾ ਖਰਚ ਕਿਸ ਟਾਈਪ ਦਾ ਜਿਹੜਾ ਕਿਸੇ ਜੀ ਵੀ ਨਹੀਂ ਆਂਦਾ ਉਹ ਮਿਸਲੀਨੀਅਸ ਜਾਂ ਸੰਡਰੀ ਐਕਸਪੈਂਸਿਸ ਹੁੰਦੇ ਨੇ ਮਤਲਬ ਹੋਰ ਖਰਚੇ ਆਈ ਥਿੰਕ ਕਲੀਅਰ So students, that is the complete concept of uh, petty cash book under subsidy books. But a easy concept hai, but ਇਹ ਦਾ ਪਰਫਾਰਮਰ ਇਹਨੂੰ ਧਿਆਨ ਨਾਲ ਦੇਖੋ ਤੇ ਇੱਕ ਦਾ ਪ੍ਰੋਸੀਜਰ ਧਿਆਨ ਨਾਲ ਦੇਖੋ ਜੇਕਰ ਕੋਈ ਕਨਸੈਪਟ ਕਲੀਅਰ ਨਹੀਂ ਵੀਡੀਓ ਦੇ ਉਸ ਹਿੱਸੇ ਜਾਓ ਦੁਬਾਰਾ ਚੈੱਕ ਕਰੋ ਆਪਣੇ ਕੰਟੈਂਟਸ ਨੂੰ ਆਪਣੀ ਬੁੱਕਸ ਦੇ ਵੀ ਚੈੱਕ ਕਰੋ ਐਂਡ ਇਟ ਵਿਲ ਗੋਇੰਗ ਟੂ ਬੀ ਪਰਮਨੈਂਟ ਇਨ ਯੂਅਰ ਮਾਈਂਡ ਪੱਕਾ ਬਣ ਜਾਏਗਾ ਵੀ ਤੇ ਪੇਪਰ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਐਗਜ਼ਾਮ ਦੇ ਵਿੱਚ ਪ੍ਰੋਬਲਮ ਨਹੀਂ ਆਉਣ ਵਾਲੀ आई थिंक द कांसेप्ट इज नाउ ओवर सब कुछ क्लियर हो गया ਹੋਏਗਾ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਨੇ ਕਮਰ ਸਬਜੈਕਟਸ ਨਾਲ ਰਿਲੇਟਡ ਅਕਾਊਂਟੈਂਸੀ ਇਕਨੋਮਿਕਸ एफईवी ਤੇ ਬਹੁਤ ਸਾਰੀਆਂ ਮੋਟੀਵੇਸ਼ਨਲ ਵੀਡੀਓਜ਼ ਆਲਰੇਡੀ ਇਸ ਚੈਨਲ ਦੇ ਉੱਤੇ ਨੇ ਬਹੁਤ ਸਾਰੀਆਂ ਆਉਣ ਵਾਲੀਆਂ ਨੇ ਇੰਤਜ਼ਾਰ ਕਰਦੇ ਰਹੋ ਥੈਂਕ ਯੂ ਵੈਰੀ ਮਚ